ਖੇਡਦਾ ਨਾ ਤੁਹਾਡੇ ਅੱਗੇ ਕੋਈ ਨਹੀਂ ਹੈਗੀ। ਬੱਚਿਆਂ ਦੇ ਪੇੜ ਦੇ ਸਭ ਤੋਂ ਪਹਿਲੇ ਸਾਨੂੰ ਰਿਸ਼ਤੇਦਾਰ ਨਹੀਂ ਪਹਿਲੇ ਹੈਗੇ। ਮੇਰੀ ਬਹਿਣ ਚ ਇੱਥੇ ਕਿਹੜੀ ਬੁਰਾਈ ਹੈਗੀ ਹੈ ਕਿ ਜਿਹੜੀ ਮੈਂ ਨਹੀਂ ਬਹਿ ਸਕਦੀ, ਆਪਣੇ ਬੰਦੇ ਦਾ ਸਾਥ ਦਿੰਦੀ, ਆਪਣੇ ਬੱਚੇ ਦਾ ਸਾਥ ਦਿੰਦੀ ਹਾਂ। ਬੰਦੇ ਮੇਰੇ ਨੂੰ ਕਿਤੇ ਸੱਜੇ ਖੱਬੇ ਜਾਣਾ ਪੈ ਜਾਵੇ, ਜੋ ਕੋਈ ਕੰਮ ਛੋਟਾ ਮੋਟਾ ਦਿਹਾੜੀ ਮਿਲ ਜਾਵੇ, ਮਜ਼ਦੂਰੀ ਮਿਲ ਜਾਵੇ, ਉਹ ਕਰ ਲੈਗਾ, ਮੈਂ ਕਰ ਲਾਂਗੀ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਕੋਈ ਗੱਲ ਨਹੀਂ, ਦੁਨੀਆਂ ਦੀ ਸਿਹਤ ਅਸਰ ਨਹੀਂ ਵੇਖੀ, ਜੇ ਦੁਨੀਆਂ ਨੂੰ ਵੇਖੀ ਤਾਂ ਬੰਦਾ ਜੀਣਾ ਚਾੜ ਦੇਵੇ। ਥੋੜ੍ਹਾ ਬਹੁਤ ਸੇਵਿੰਗ ਰੱਖੀ ਸੀ, ਇਹ ਕਰੋਨਾ ਦੀ ਵਜ੍ਹਾ ਤੋਂ ਕੰਮ ਬੰਦ ਹੋ ਗਿਆ, ਅਤੇ ਉਹਦੀ ਵਜ੍ਹਾ ਤੋਂ ਫਿਰ ਜਿਹੜਾ ਜਮ੍ਹਾਂ ਪੂੰਜੀ ਸੀ ਉਹ ਵੀ ਖਾਂਦੇ ਪੀਂਦੇ ਰਹੇ, ਜਦੋਂ ਤੀਕਰ ਜਾਣੀ ਕਿ ਸਿਲਸਿਲਾ ਚੱਲਦਾ ਰਿਹਾ। ਉਸ ਤੋਂ ਬਾਅਦ ਫਿਰ ਇੱਕ ਭੈਣਾਂ ਭਾਈਆਂ ਕੋਲ ਫੜੇ ਕੋਈ 1000, ਕੋਈ 2000, ਕੋਈ 3000, ਉਹ ਫੜ ਫੜਾ ਕੇ ਖਾਂਦੇ ਰਹੇ, 25-30 ਹਜ਼ਾਰ ਖਾਧਾ ਹੈ, ਉਹ ਕਰਜ਼ਾ ਸਿਰ 'ਤੇ ਚੜ੍ਹਾ ਲਿਆ। ਉਸ ਤੋਂ ਬਾਅਦ ਫਿਰ ਮਜਬੂਰਨ ਸਾਨੂੰ ਈਦ ਆ ਗਈ, ਈਦ ਰਮਜ਼ਾਨ ਵੀ ਅਸੀਂ ਯਾਨੀ ਕਿ ਕਦੀ ਉੱਥੋਂ ਬੋਤਲ ਭਰ ਲਿਆ ਪਾਣੀ ਸ਼ਰਬਤ ਦੀ, ਕਦੀ ਉੱਥੋਂ ਭਰ ਲਿਆ ਜਿਹੜੇ ਵੰਡਦੇ ਸੀ ਸ਼ਰਬਤ, ਉਹਨਾਂ ਕੋਲ ਲਿਆ ਕੇ ਬੱਚਿਆਂ ਨੂੰ ਰੋਜ਼ੇ ਵਗੈਰਾ ਰਖਵਾਉਂਦੇ ਰਹੇ ਹਾਂ। ₹60-70 ਸੀ ਜਦੋਂ ਅਸੀਂ ਰੇਹੜੀ ਸ਼ੁਰੂ ਕੀਤੀ, ਅਤੇ ਕਰਜ਼ਾ ਚੁੱਕ ਕੇ ਰੇਹੜੀ ਸ਼ੁਰੂ ਕੀਤੀ। ਸੱਠ-70 ਰੁਪਏ 'ਚ ਡੇਲੀ ਦਾ 200-300 ਰੁਪਇਆ ਖਰਚਾ, ਬੱਚੇ ਨੇ 5 ਬੱਚੇ ਨੇ ਦੁੱਧ ਵਗੈਰਾ ਸੇਵ ਗੋਲ ਲਾਉਣਾ, ਉਹਨੇ 'ਚ ਗੁਜ਼ਾਰਾ ਨਹੀਂ ਸੀ। ਫਿਰ ਅਖੀਰ ਆਹੀ ਅਸੀਂ ਦੋਵਾਂ ਜੀਆਂ ਨੇ ਫੈਸਲਾ ਕੀਤਾ ਖੁਦ। ਈਦ ਦਾ 2-3 ਦਿਨ ਪਹਿਲੇ ਦੌੜ ਸ਼ੁਰੂ ਕੀਤਾ, ਅਤੇ ਈਦ ਵਾਲੇ ਦਿਨ ਵੀ ਲਾਈ, ਟਰੂ ਵਾਲੇ ਦਿਨ ਵੀ ਲਾਈ, ਤੀਸਰੇ ਦਿਨ ਵੀ ਲਾਈ, ਉਸ ਤੋਂ ਬਾਅਦ ਜਾਣੀ ਕਿ ਇੱਕ ਵੀ ਨਹੀਂ ਛੁੱਟੀ ਕੀਤੀ। ਉਦੋਂ ਤਾਂ ਇਹ ਸਟਾਰਟਿੰਗ ਹੈਗੀ, 200-300 ਰੁਪਏ ਬਚਦਾ, ਉਹ ਸਾਡੇ ਜੇਬ ਖਰਚੇ ਚੱਲ ਜਾਂਦੀ। ਬੱਚਿਆਂ ਨੂੰ ਜਦੋਂ ਕੱਪੜਿਆਂ ਜੁੱਤੀਆਂ ਕੱਪੜਿਆਂ ਦਾ ਸ਼ੋਰ ਮਚਾਇਆ ਕਿ ਸਾਰੀ ਦੁਨੀਆ ਬਣਾ ਰਹੀ, ਮਾਮਾ ਥੋੜ੍ਹੇ ਬਹੁਤੇ ਸਾਨੂੰ ਵੀ ਬਣਾ ਦਿਓ, ਫਿਰ ਅਸੀਂ ਦੋਵਾਂ ਜੀਆਂ ਨੇ ਰਲ ਕੇ ਅਸੀਂ ਕਿਹਾ ਕਿ ਬੱਚਿਆਂ ਦਾ ਮੂੰਹ ਬੰਦ ਕਰਨ ਵਾਸਤੇ ਇੱਕ ਹੀ ਕੰਮ ਕਰ ਸਕਦੇ ਹਾਂ। ਇਸ ਵਾਸਤੇ ਅਸੀਂ ਇਹ ਕੰਮ ਸ਼ੁਰੂ ਕਰਕੇ ਕਿ ਬੱਚਿਆਂ ਨੂੰ ਧਿਆਨੇ ਲਾ ਦਿੱਤਾ ਕਿ ਚਲੋ ਜੀ ਆ ਰੇਹੜੀ ਆਪਣੀ ਲਾਓ, ਅਤੇ ਕਰਜ਼ਾ ਚੁੱਕ ਕੇ 6000 ਰੁਪਇਆ ਅਤੇ ਕਿਰਾਇਆ ਰੇਹੜੀ ਦਾ ਵੀ ਦਿੱਤਾ, ਅਤੇ ਸਬਜ਼ੀ ਵਗੈਰਾ ਵੀ ਲਿਆਉਂਦੀ ਹੈ, ਲਿਆ ਕੇ ਅਤੇ ਇਹ ਕੰਮ ਸ਼ੁਰੂ ਕੀਤਾ ਕਿ ਬੱਚੇ ਇਹਦੇ ਵਿੱਚ ਮਸਰੂਫ ਹੋ ਗਏ, ਈਦ ਦਾ ਪਤਾ ਹੀ ਨਹੀਂ ਚੱਲਿਆ। ਕਮਾਵਾਂਗੇ ਤਾਂ ਚਲੋ ਆਪਣਾ ਸਿਲਸਿਲਾ ਚੱਲਦਾ, ਬੱਚਿਆਂ ਨੂੰ ਪਿਆਰ ਨਾਲ ਸਮਝਾਇਆ ਅੰਦਰ ਵੜ ਕੇ, ਨਾ ਦਾਦੇ ਨੂੰ ਪਤਾ ਲੱਗਣ ਦਿੱਤਾ, ਨਾ ਉਹਨਾਂ ਚਾਚੇ ਤਾਇਆਂ ਨੂੰ ਪਤਾ ਲੱਗਣ ਦਿੱਤਾ, ਕਿਸੇ ਨੂੰ ਦੱਸਣ ਤੋਂ ਬਗੈਰ ਅਸੀਂ ਇਹ ਕੰਮ ਸ਼ੁਰੂ ਕਰ ਦਿੱਤਾ। ਇਹ ਹੁਣ ਆਣ ਕੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਲੱਗਦਾ ਸਾਡੀ ਸਿਹਤ 'ਤੇ ਕੋਈ ਫਰਕ ਨਹੀਂ ਪੈਂਦਾ। ਜਾਂ ਤਾਂ ਫਿਰ ਮਰਨੀ ਤਾਂ ਹੈ ਹੀ ਹੈ ਦੁਨੀਆ, ਭਾਵੇਂ ਕਰੋਨੇ ਨਾਲ ਮਰੇ ਤਾਂ ਭਾਵੇਂ ਭੁੱਖ ਨਾ ਮਰਨੇ, ਉਹਨੂੰ ਲੋਕਡਾਊਨ ਨਹੀਂ ਕਰਨਾ ਚਾਹੀਦਾ, ਕਿਉਂਕਿ ਮਾਰਕੀਟ ਖੋਲ੍ਹਣੇ ਚਾਹੀਦੇ। ਗਰੀਬ ਬੰਦਾ ਜਿਹੜਾ ਹੈ ਵੀ ਦੁਨੀਆ 'ਤੇ ਉਹ ਵੀ ਰੋਟੀ 2 ਵਕਤ ਦੀ ਕਮਾ ਕੇ ਖਾ ਸਕੇ ਆਪਣੇ, ਜਿਹੜੇ ਦਿਹਾੜੀਦਾਰ ਬੰਦੇ ਨੇ ਉਹ ਵੀ ਖਾ ਸਕਣ, ਜਿਹੜੇ ਸਾਡੇ ਵਰਗੇ ਲੋਕ ਦੇ ਫਰਨੀਚਰਾਂ ਦੀਆਂ ਮਾਰਕੀਟਾਂ ਨੇ, ਜਿਨ੍ਹਾਂ ਦੇ ਛੋਟੇ ਮੋਟੇ ਕਾਰੋਬਾਰ ਨੇ, ਇੱਕ ਇੱਕ ਦੁਕਾਨ 'ਤੇ 10-10 ਬੰਦੇ ਕੰਮ ਕਰ ਰਹੇ ਨੇ। ਜਦੋਂ ਦੁਕਾਨ ਹੀ ਨਹੀਂ ਖੁੱਲ੍ਹਣੀ ਇੱਕ ਦੁਕਾਨ 'ਤੇ, ਹੁਣ ਸਾਡੇ ਅਸੀਂ ਜਿਹੜੀ ਦੁਕਾਨ ਤੋਂ ਕੰਮ ਲੈਂਦੇ ਹਾਂ, ਉਸ ਦੁਕਾਨ ਦੇ ਜ਼ਰੀਏ 10 ਬੰਦੇ ਰੋਟੀ ਖਾ ਰਹੇ ਨੇ, 10 ਘਰ ਦੇ ਚੁੱਲ੍ਹੇ ਚੱਲ ਰਹੇ ਨੇ, ਅਤੇ ਜਦੋਂ 10 ਘਰਾਂ ਨੂੰ ਉਹ ਦੁਕਾਨ ਹੀ ਨਹੀਂ ਖੁੱਲ੍ਹਣੀ, ਉਹ 10 ਘਰ ਕਿਵੇਂ ਚੱਲਣਗੇ। ਗੁਰਬਤ ਇੰਨੀ ਕੁ ਹੋ ਗਈ ਹੈ ਕਿ ਜਾਂ ਤਾਂ ਬੰਦਾ ਭੁੱਖ ਨਾ ਮਰ ਜਾਵੇ, ਅਤੇ ਜਾਂ ਫਿਰ ਬੰਦਾ ਕਰੋਨੇ ਨਾਲ ਮਰ ਜਾਵੇ, ਇੱਕ ਕੰਮ ਹੀ ਹੋ ਸਕਦਾ। ਅਸੀਂ ਤਾਂ ਚਲੋ ਸਟੈਪ ਚੁੱਕ ਰਿਹਾ, ਦੋਵਾਂ ਜਗ੍ਹਾ ਮਿਲ ਕੇ ਸਾਡੀ ਸੋਚ ਦੋਵਾਂ ਦੀ ਐਕਸੀ ਤਾਂ ਅਸੀਂ ਚੁੱਕ ਰਿਹਾ, ਅਤੇ ਜਿਹੜੀ ਹੋਰ ਦੁਨੀਆ ਉਹ ਨਹੀਂ ਚੁੱਕ ਸਕਦੀ, ਅਤੇ ਜਿਹਨਾਂ ਨਹੀਂ ਚੁੱਕ ਸਕਦੇ ਉਹ ਔਰਤਾਂ ਨਹੀਂ ਚੁੱਕ ਜਿਹੜੀਆਂ ਸਕਦੀਆਂ, ਜਿਹਨਾਂ 'ਚ ਹਿੰਮਤ ਨਹੀਂ ਹੈਗੀ ਉਹ ਨਹੀਂ ਚੁੱਕ ਸਕਦੇ, ਤਾਂ ਉਹ ਕਿੱਦਾਂ ਜਾਣਗੇ। ਅਸੀਂ ਤਾਂ ਸਟੈਪ ਚੁੱਕਾਂ, ਮੈਂ ਕਹਿੰਦੀ ਹਾਂ ਕਿ ਸਾਰੇ ਇਸ ਤਰ੍ਹਾਂ ਮੇਰੇ ਤਰ੍ਹਾਂ ਅੱਗੇ ਵੱਧ ਕੇ ਸਾਰੇ ਸਟੈਪ ਚੁੱਕਣ, ਆਪਣਾ ਖੁਦ ਖਮਾਨ ਅਤੇ ਖੁਦ ਖਾਣ, ਛੋਟੇ ਛੋਟੇ ਕਾਰੋਬਾਰ ਕਰਕੇ, ਛੋਟੇ ਛੋਟੇ ਸਿਲਸਿਲੇ ਚਲਾ ਕੇ, ਮੰਗਣ ਲੱਗ ਪਏ ਨੇ ਉਹ ਸਭ ਤੋਂ ਜ਼ਿਆਦਾ ਗਲਤ ਕਰ ਦਿੰਦੇ ਨੇ, ਉਹਨਾਂ ਨੂੰ ਮੰਗਣਾ ਨਹੀਂ ਚਾਹੀਦਾ, ਉਹਨਾਂ ਨੂੰ ਮੇਰੇ ਤਰ੍ਹਾਂ ਕੰਮ ਕਰਨਾ ਚਾਹੀਦਾ। ਉੱਥੇ ਬਦਤਮੀਜ਼ੀ ਦੇ ਲਫਾਜ਼ ਜ਼ਰੂਰ ਕਰਦੇ ਸੀ, ਰੇਹੜੀਆਂ ਵਾਲੇ ਆਉਂਦੇ ਸੀ ਕੋਲ,
ਦੁਕਾਨਦਾਰ ਸੀ ਉਹ ਮਾਰਕੀਟ ਖੋਲਣ ਲੱਗ ਪਈ ਤੰਗ ਕਰਦੇ ਹਾਂਜੀ ਤੇ ਬੁਰੀਆਂ ਬੁਰੀਆਂ ਆਵਾਜ਼ਾਂ ਲਗਾਉਂਦੇ ਸੀ ਤੇ ਫਿਰ ਉਹਦੀ ਵਜ੍ਹਾ ਤੋਂ ਫਿਰ ਸਾਨੂੰ ਉੱਥੋਂ ਚੁੱਕ ਕੇ ਫਿਰ ਇੱਥੇ ਲਿਆਉਣਾ ਪਿਆ ਫਿਰ ਅਸੀਂ ਇੱਥੇ ਆ ਗਏ ਕਿ ਚਲੋ ਇਹ ਪੈੜਾਂ ਪੜ੍ਹੇ ਲਿਖੇ ਲੋਕ ਨੇ ਚਲੋ ਇਹ ਬਦਤਮੀਜ਼ੀ ਦੇ ਅਲਫਾਜ਼ ਨਹੀਂ ਯੂਜ਼ ਕਰਦੇ ਕਿਉਂਕਿ ਐਸੀਆਂ ਬਾਜੀਆਂ ਵੀ ਆਉਂਦੀਆਂ ਨੇ ਉਹ ਸੌਦੇ ਲੈ ਲੈਂਦੀਆਂ ਨੇ ਪਰ ਇਹਦੀ ਵਜ੍ਹਾ ਤੋਂ ਸਾਨੂੰ ਇੱਥੇ ਪਰੇਸ਼ਾਨੀ ਕੋਈ ਨਹੀਂ ਹੈਗੀ ਸਾਰੀਆਂ ਦੁਕਾਨਾਂ ਛੱਡ ਕੇ ਮੇਰੇ ਕੋਲ ਸੌਦਾ ਲੈਣ ਲੱਗ ਪਏ ਨੇ ਇੰਨਾ ਮੈਨੂੰ ਇਹ ਸੁਸਾਇਟੀ ਵਾਲਿਆਂ ਨੇ ਹੈਲਪ ਦੇ ਦਿੱਤੀ ਆਪਣੇ ਮੁਲਾਜ਼ਮਾਂ ਨੇ ਵੀ ਕਿਹਾ ਕਿ ਚਲੋ ਤੁਸੀਂ ਬਾਹਰੋਂ ਦਾ ਸੌਦਾ ਲਿਆ ਤੁਸੀਂ ਇਹਨਾਂ ਕੋਲੋਂ ਜੋ ਇਹਨਾਂ ਕੋਲ ਹੈ ਨਾ ਉਹ ਇਹਨਾਂ ਕੋਲੋਂ ਲਵੋ ਜਿਹੜਾ ਨਹੀਂ ਹੈ ਉਹ ਤੁਸੀਂ ਅੱਗੇ ਜਾ ਕੇ ਲੈ ਲਵੋ ਕੋਈ ਮਦਦ ਨਹੀਂ ਮਿਲੀ ਉਹਨਾਂ ਨੇ ਕਿਹਾ ਜੀ ਨਾ ਹੈਲੋ ਦਾ ਪਹਿਲੇ ਮੈਸੇਜ ਆਇਆ ਦੁਬਾਰਾ ਮੈਂ ਫਿਰ ਇਹਨਾਂ ਦਾ ਮੋਬਾਈਲ ਫੜ ਕੇ ਨਾ ਛੋਟਾ ਬਟਨਾ ਵਾਲਾ ਹੈਗਾ ਨਾ ਇਹਨਾਂ ਦਾ ਫਿਰ ਮੈਂ ਦੁਬਾਰਾ ਮੈਸੇਜ ਭੇਜ ਦਿੱਤਾ ਉਹਨਾਂ ਫਿਰ ਵੀ 3 ਦਿਨਾਂ ਬਾਅਦ ਫਿਰ ਵੀ ਆਹੀ ਜਵਾਬ ਦਿੱਤਾ ਰਾਸ਼ਨ ਤਕਸੀਮ ਕੀਤੇ ਸੀ ਸਾਡੀ ਗਲੀ ਮੁਹੱਲਿਆਂ ਵਾਲਿਆਂ ਨੇ ਗਲੀ ਮੁਹੱਲੇ ਜੀ ਯਾਨੀ ਕਿ ਜਿਹੜੇ ਨਾਜ਼ਮ ਸੀ ਉਹਨਾਂ ਨੇ ਕਿਹਾ ਜੀ ਇਹ ਸਾਡੀਆਂ 3 ਗਲੀਆਂ ਸਾਡੀਆਂ ਛੱਡ ਦਿੱਤੀਆਂ ਉਹਨਾਂ ਨੇ ਕਿਹਾ ਜੀ ਸਾਡੇ ਹਿੱਸੇ 'ਚ ਨਹੀਂ ਆਉਂਦੀਆਂ ਫਿਰ ਆਈਡੀ ਕਾਰਡ ਫੜਦੇ ਸੀ ਅਸੀਂ ਆਈਡੀ ਕਾਰਡ ਵੀ ਲੈ ਕੇ ਗਏ ਉਹਨਾਂ ਕੋਲ ਅਤੇ ਸ਼ਰਮਿੰਦਗੀ ਦੇ ਨਾਲ ਆਈਡੀ ਕਾਰਡ ਵੀ ਸ਼ਰਮਿੰਦਗੀ ਦੇ ਨਾਲ ਉਹਨਾਂ ਕੋਲ ਲੈ ਕੇ ਗਏ ਵੀ ਬਈ ਸਾਨੂੰ ਰਾਸ਼ਨ ਦੀ ਜ਼ਰੂਰਤ ਹੈ ਸਾਨੂੰ ਦਿਓ ਉਹਨਾਂ ਨੇ ਕਿਹਾ ਜੀ ਸਾਡੀ ਇਹ ਆਈਡੀ ਕਾਰਡ ਦਾ ਜਿਹੜੀ ਗਲੀ ਨੰਬਰ ਹੈ ਨਾ ਮਕਾਨ ਨੰਬਰ ਇਹ ਸਾਡੇ ਇਲਾਕੇ 'ਚ ਨਹੀਂ ਆ ਰਿਹਾ ਕੁਛ ਸਾਡੇ ਆਪਣੇ ਹੈਗੇ ਸੀ ਕੁਛ ਬੱਤੀਆਂ ਦੇ ਬਿੱਲ ਇੰਨੇ ਪੈ ਗਏ ਉਹਦੇ ਵਿੱਚ ਯਾਨੀ ਕਿ ਨਿਕਲ ਨੁਕਲ ਗਏ ਸਾਰੇ ਜਿਹੜੀ ਸਾਡੀ ਆਪਣੀ ਜਮ੍ਹਾਂ ਪੂੰਜੀ ਸੀ ਕੁਛ ਫਿਰ ਮੇਰੀ ਭੈਣ ਸਿੰਘ ਹੈਦਰਾਬਾਦ ਬੈਠੀ ਉਹਨੇ 20,000 ਰੁਪਇਆ ਦੀ ਮਦਦ ਕੀਤੀ ਸੀ ਕਿ ਚਲੋ ਤੁਸੀਂ ਇਸਤੇਮਾਲ ਕਰ ਲਓ ਕੋਈ ਨਹੀਂ ਕਰ ਲਵਾਂਗੇ ਬਾਅਦ 'ਚ ਆਪਾਂ ਅਤੇ ਹੁਣ ਵੀ ਦਿੰਦੇ ਸੀ ਅਤੇ ਫਿਰ ਅਸੀਂ ਨਹੀਂ ਅਸੀਂ ਆਪ ਸ਼ਰਮਿੰਦਗੀ ਕੀਤੀ ਕਿ ਨਹੀਂ ਅੱਛਾ ਨਹੀਂ ਲੱਗਦਾ ਹੈਗਾ ਉਹ ਭੈਣ ਤਾਂ ਫਿਰ ਵੀ ਇਹਨਾਂ ਨਹੀਂ ਚੰਗਾ ਲੱਗਦਾ ਅੱਗੇ 20,000 ਰੁਪਇਆ ਕਰਜ਼ਾ ਚੁੱਕਿਆ ਅਸੀਂ ਕਿੱਥੋਂ ਲਾਵਾਂਗੇ ਇਹਨਾਂ ਅਸੀਂ ਇੱਕ 2 ਸਾਲ 1.5 ਸਾਲ ਅਸੀਂ ਕਮਾਈ ਕਰੀਏ ਤੇ ਫਿਰ ਆ ਜਾ ਕੇ ਕਰਜ਼ੇ ਦੇ ਥੱਲੋਂ ਬਾਹਰ ਨਿਕਲਨੇ ਆ ਇਹ ਮੁਸਲਮ ਨਿਊ ਮੁਸਲਮ ਤਾਂ ਉਹਦੇ ਵਿੱਚ ਬਾਜੀ ਹੈਗੀ ਹੈ ਉਹਨਾਂ ਨੂੰ ਕਿਹਾ ਉਹਨਾਂ ਨੇ 1500 ਰੁਪਇਆ ਦਿੱਤਾ ਮੈਨੂੰ ਇੱਕ ਰਮਜ਼ਾਨ ਤੋਂ 3 ਦਿਨ ਪਹਿਲੇ 1500 ਰੁਪਇਆ ਦਿੱਤਾ ਮੈਨੂੰ ਰਾਸ਼ਨ ਵਾਸਤੇ ਕਿ ਜੇ ਆਪਣਾ ਰਾਸ਼ਨ ਲਿਆ ਲਵੇ ਉਹ ਵੀ ਵਾਕਫੀ ਸੀ ਅਤੇ ਤਦ ਮੈਨੂੰ ਮਿਲ ਗਿਆ ਕੱਲ੍ਹ ਗਏ ਨੇ ਡਰੈਸ ਲੈ ਵੇਖਣ ਪੜਦਿਆਂ ਨੇ ਕਿਹਾ ਸੀ ਕਿ ਡਰੈਸ ਵੇਖਾਂਗੇ ਦੇ ਆਵਾਂਗੇ ਤੁਹਾਨੂੰ ਜਾ ਕੇ ਪਸੰਦ ਵੇਖ ਆਵੋ ਡਰੈਸ ਵੇਖਣ ਗਏ ਨੇ 5 ਸੀਟਾਂ ਨੇ ਬੁਕਿੰਗ ਕਰਕੇ ਆਇਆ ਉਹਨਾਂ ਨੇ ਕਿਹਾ ਜੀ 5,000 ਰੁਪਇਆ ਮਜ਼ਦੂਰੀ ਬਣ ਗਈ ਇਹਨਾਂ ਨੇ ਕਿਹਾ ਜੀ 3,000 ਦੇ ਦਿਓ ਉਹਨਾਂ ਨੇ ਕਿਹਾ ਜੀ ਪੈਸੇ ਤੁਸੀਂ ਜ਼ਿਆਦਾ ਮੰਗਣੇ ਇਹਨਾਂ ਕਿਹਾ 3,000 ਦੇ ਦਿਓ 3,000 ਤੋਂ ਵੀ ਮਜ਼ਦੂਰੀ ਦੇ ਵਿੱਚੋਂ 25% ਜਿਹੜੀ ਕਿ ਕਮਿਸ਼ਨ ਜਿਹਨੇ ਸਾਨੂੰ ਡਰੈਸ ਦਿੱਤਾ 25% ਕੁਛ ਕਮਿਸ਼ਨ ਉਹਨੂੰ ਜਾਣੀ ਹੈ ਉਹਨਾਂ ਨੇ ਕਿਹਾ ਜੀ ਅੱਛਾ ਜੀ ਠੀਕ ਹੈ ਫੋਨ ਕਰਕੇ ਦੱਸ ਦਾਂਗੇ ਫੋਨ ਦੁਬਾਰਾ ਕੀਤਾ ਉਹਨਾਂ ਨੇ ਕਿਹਾ ਜੀ ਅਸੀਂ ਨਹੀਂ ਕਰਵਾਉਣਾ ਤੁਹਾਡੇ ਕੋਲੋਂ ਜਵਾਬ ਦੇ ਦਿੱਤਾ ਉਹਨਾਂ ਨੇ ਅਸੀਂ ਜਦੋਂ ਜਮਾਂਦਰੂ ਰੇੜੀਆਂ ਵਾਲੇ ਨਹੀਂ ਹੈਗੇ ਸਿਰਫ ਇਹ ਗੁਰਬਤ ਦੀ ਵਜ੍ਹਾ ਕਰੋਨਾ ਦੀ ਵਜ੍ਹਾ ਤੋਂ ਲਗਾਇਆ ਤੇ 2 ਵਕਤ ਦੀ ਖੁਦ ਰੋਟੀ ਕਮਾ ਸਕਦੇ ਹੁਣ ਜਿੰਦੇ ਬੂਹੇ ਤੇ ਜਿੰਨਾ ਵੀ ਦਰਵਾਜ਼ਾ ਖੜਕਾਵਾਂਗੇ ਕਿ ਸਾਨੂੰ ਖਾਣ ਨੂੰ ਦੇ ਦੇਵੋ ਰੋਟੀ 2 ਵਕਤ ਦੀ ਦੇ ਦਿਓ ਤਾਂ ਉਹਨਾਂ ਨੇ ਕਹਿਣਾ ਚੰਗੇ ਭਲੇ ਜੇ ਕਰਕੇ ਖਾ ਲਓ ਤੇ ਬਿਹਤਰ ਨਹੀਂ ਬੰਦਾ ਕਿਸੇ ਦੀ ਗੱਲ ਸੁਣਨ ਤੋਂ ਪਹਿਲਾਂ ਹੀ ਬੰਦਾ ਆਪਣਾ ਕੰਮ ਕਰੇ ਮੰਗਣਾ ਚਾਹੀਦਾ ਹੀ ਨਹੀਂ ਹੈਗਾ।